ਵਿਆਹ ਦੇ ਦਿਨ ਇੱਕ ਮੁਖਬਰ ਨੇ ਪੁਲਿਸ ਨੂੰ ਜੱਗੇ ਬਾਰੇ ਜਾ ਖਬਰ ਕੀਤੀ। ਪੁਲਿਸ ਨੇ ਪਿੰਡ ਦੇ ਦੁਆਲੇ ਸਾਰੇ ਰਾਹ ਤੇ ਨਾਕੇ ਮਾਰ ਲਏ। ਪੈਰ ਦੀ ਡੋਲੀ ਤੋੜ, ਮਾਂ ਦੇ ਪੈਰੀ ਹੱਥ ਲਾ। ਜਿਉਂ ਹੀ ਜੱਗਾ ਪਿੰਡੋਂ ਬਾਹਰ ਨਿਕਲਿਆ, ਝੱਟ ਪੁਲਿਸ ਦੇ ਘੇਰੇ ਵਿੱਚ ਆ ਗਿਆ। ਜਦੋਂ ਥਾਣੇਦਾਰ ਨੇ ਗ੍ਰਿਫਤਾਰੀ ਦੇਣ ਲਈ ਲਲਕਾਰਿਆ ਤਾਂ ਅੱਗੋਂ ਜੱਗੇ ਨੇ ਲਲਕਾਰੇ ਦਾ ਜਵਾਬ ਗੋਲੀ ਨਾਲ ਦਿੱਤਾ। ਨੀਵੇ ਪਾਸੇ ਵੱਟ ਦੀ ਆੜ ਲੈ ਲਈ ਤੇ ਪੁਲਿਸ ਨਾਲ ਜੱਟ ਇਹੋ ਮੁਕਾਬਲਾ ਕਰਨ ਲੱਗਾ।